ਕੇ ਇੱਕ ਚਾਦਰ ਦੇ ਥੱਲੇ ਇਹ ਪਾਕ ਟੁਰ ਪਏ। ਇਹ ਹੈ ਮੇਰੇ ਕਸੀਦੇ ਦਾ ਉਨਵਾਨ। ਹੁਣ ਅਗੂ ਕਸੀਦਾ ਜਨਾਬ ਕੁਝ ਮੁਬਾਹਲਾ ਕੇ ਲੀਏ ਬੈਠੀ ਹੋ ਟੁਰ ਗਏ ਹੋ ਮੈਨੂੰ ਤਾਂ ਲੱਗਦਾ ਚਲੇ ਗਏ ਹੋ ਸ਼ਾਬਾਸ਼ ਸ਼ਾਬਾਸ਼ ਤੁਹਾਨੂੰ ਮੈਂ ਥੋੜ੍ਹੀ ਜਿਹੀ ਗੱਲ ਸਮਝਾਈਏ ਮੇਰੀ ਗੱਲ ਸਮਝ ਆਈਏ ਜੋ ਮੈਂ ਥੋੜ੍ਹੀ ਦੇਰ ਪਹਿਲੇ ਤਕਰੀਰ ਕੀਤੀ ਹੈ ਉਹ ਬਿਲਕੁਲ ਸ਼ੀਆ ਸੁੰਨੀ ਦਾ ਇਹ ਜਿਹੜਾ ਮੈਂ ਉਨਵਾਨ ਤੱਕ ਦੱਸਾਂ ਹੈ ਹਰ ਮਜ਼ਹਬ ਹਰ ਫਿਰਕਾ ਇਸ ਕੋ ਤਸਲੀਮ ਕਰਦਾ ਹੈ। ਸਰ ਜੀ ਚੱਲੇ ਨੂਰ ਕੇ ਪੈ ਕਰ ਮੁਬਾਹਲਾ ਚਲੇ ਨੂਰ ਕੇ ਪੈ ਕਰ ਮੁਬਾਹਲਾ ਨਾਰੇ ਹੈਦਰੀ ਮੁਬਾਹਲਾ ਸਰ ਚਲੇ ਨੂਰ ਕੇ ਪੈ ਕਰ ਮੁਬਾਹਲਾ ਇੱਕ ਦਫਾ ਸਿਰ ਚਵਾਏ ਸਿਰਫ ਨੂਰ ਕੇ ਪੈ ਕਰ ਕੇ ਰਹਿਬਰ ਮੁਬਾਹਲਾ ਕੇ ਲੀਏ ਆ ਤੂੰ ਚਾਹੇ ਦਰੀ ਇਹ ਪਾਂਚ ਦੀਨ ਕੇ ਰਹਿਬਰ ਮਜਲਿਸ ਵਿੱਚ ਸਰ ਜੀ ਤਬਲੀਗ ਹੋਣੀ ਚਾਹੀਦੀ ਹੈ। ਇਨਫੋਰਮੇਸ਼ਨ ਮੇਰੇ ਅਹਿਲੇ ਸੁਨਤ ਬਿਰਾ ਮੇਰੇ ਸ਼ੀਆ ਬਿਰਾ ਮੇਰੇ ਸਾਰੇ ਲਾਲੇ ਸਾਰੇ ਜੋ ਇਕੱਠੇ ਹੋ ਅਤੇ ਮੇਰਾ ਜੋ ਮੁਲਤਾਨ ਹੈ ਅਤੇ ਮਜਲਿਸ ਜੋ ਪੜ੍ਹਨ ਆਇਆ ਕੋਈ ਸ਼ਾਇਦ ਤੁਹਾਡੀ ਸਮਝ ਵਿੱਚ ਵੀ ਆਵੇ ਮੁਬਾਹਲਾ ਕੇ ਲੀਏ ਯੇ ਪਾਂਚ ਦੀਨ ਕੇ ਰਹਿਬਰ ਮੁਬਾਹਲਾ ਕੇ ਲੀਏ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਹਸਨ ਰਸੂਲ ਪਾਕ ਪੰਜ ਹਿੰਦ ਕਿਹੜੇ ਮੁਜ਼ੱਯਨ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਹਸਨ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਹਸਨ ਹੈ ਸਾਥ ਸੂਰੇ ਕੌਸਰ ਮੁਬਾਹਲ ਹਾਂ ਤੂੰ ਜਹੈਦਰੀ ਬੜੀ ਮਿਹਰਬਾਨੀ ਹੈਦਰੀ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਹਸਨ ਰਸੂਲ ਪਾਕ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਹਸਨ
چاہت سورہ کوثر مباہلہ کے لیے لالے ہیلو کوئی سمجھ آتی پی ہے؟ ہاں جی سر جی ایک میں چار سطر تک سنوا وا دو مرتبہ یہ پانچ اکٹھے ہوئے مگر او یار جاگو یار جاگو او جاگو یار دو بار دو مرتبہ یہ پانچ ہیلو اکٹھے ہوئے مگر بنتی رہی ہے مالک و مختار فاطمہ. ہر بندے کو سمجھ نہیں آ سکتی میری گل دی، ہر بندہ سمجھ نہیں سکتا، جڑا مجلس وچ ہے وہ سمجھے گا، جڑا مینٹلی طور پہ مجلس وچ ہے وہ سنے گا، باقی سمجھ. دو مرتبہ یہ پانچ اکٹھے ہوئے مگر بنتی رہی ہے مالک کو سر جی مختار فاطمہ، تطہیر کی ردا ہو یا بزم مباہلا، دونوں جگہ ہے مرکزی کردار فاطمہ. اج دی مجلس میں پڑھ چھڑی ہے، مجلس میں پڑھ چھڑی ہے. بنتی رہی ہے مرکز کردار فاطمہ مباہلا کے لیے، مباہلا کے لیے، مباہلا. ہیلو ایک منٹ سنے کے لیے، ہن میں ایک بڑی باریک گل کرنی ہے، سنے. مجس کے پاؤں پہ پاؤں علی کے آتے ہیں، مجس کے پاؤں پہ پاؤں علی کے سر تچاؤ، رسول پاک دی ایک انگلی نال امام حسن امام حسین کو گود چایا ہویا، پچھو سیدہ پچھو علی علیہ السلام، سر چاو سر جی، وہ جس کے پاؤں پہ پاؤں علی کے آتے ہیں، چلی رسول کی دختر مباہلا کے لیے، 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 بچھاؤ جا کے پروں کو حسین راہوں میں، اللہ دی آواز قدرت آئی ہے، ملائکہ ملائکہ بچھاؤ جا کے پروں، ذرا کافیہ کافیہ دا لطف کی نئے، کافیہ دا لطف کی نئے، کہ پیکر دین کے رہبر سورہ کوثر ایک کافی ہے. آواز قدرت آئی، بچھاؤ جا کے پروں کو حسین راہوں میں، بچھاؤ جا کے پروں کو، کیوں اللہ بھی یاد، وہ چل کے جا اے پروں پر مباہلا کے لیے، ہاتھ اچھے حیدر ہی، اچھا کیسر شاہ انہیں نصرانیہ ڈٹھا حکمت میں تک ہوں، حقیقت سنے نبیاں اور بالکل جینون
ਉਹ ਗੱਲ ਸੁਣਦਾ ਪਿਆ ਜਿਹੜੀ ਤਾਰੀਖ 'ਚ ਹੈ। ਉਹਨਾਂ ਡਿੱਠਾ ਉਹਨਾਂ ਦੇ ਪਾਦਰੀ ਦੇਖ ਕੇ ਕਈ ਤੋਂ ਪੁੱਛਿਆ ਕੌਣ ਕੌਣ ਪਏ ਆਉਂਦੇ ਨੇ। ਤਵੱਜੋ ਹੈ, ਇੱਕ ਚਾਦਰ ਦੇ ਤੱਲੇ ਇਹ ਕੌਣ ਹਨ? ਉਹਨਾਂ ਆਖਿਆ ਇਹ ਅੱਗੋਂ ਅੱਗੋਂ ਰਸੂਲੇ ਪਾ ਕੇ ਨਾਲ ਉਹਦੇ ਹੁਸੈਨ ਏ, ਛੋਟਾ ਬੱਚਾ ਨਵਾਸ ਏ, ਨਾਲ ਉਂਗਲੀ ਨਾਲ ਵੀ ਆ ਨਵਾਸ ਏ, ਪਿੱਛੋਂ ਉਹਦੀ ਬੇਟੀ ਸੈਯਦਾ ਏ, ਉਹਦੇ ਪਿੱਛੋਂ ਅਲੀ ਏ। ਪਾਦਰੀ ਉਹਨਾਂ ਦਾ ਵੱਡਾ ਆਦਿਆ ਨਹੀਂ ਕਰੇਂਦੇ, ਮੁਬਹਲਾ ਆਓ ਵਾਪਸ ਚੱਲੂ। ਉਹਨਾਂ ਹੈਰਾਨ ਹੋ ਕੇ ਆਖਿਆ ਕਿਉਂ ਨਹੀਂ ਕਰਦੇ? ਤੇ ਉਹਨਾਂ ਦੇ ਪਾਸੇ ਰੇਖਿਆ ਦੇ ਹਮ ਮਿਲ ਕੇ ਸਾਥ ਕਰੇਂਗੇ ਮੁਬਹਲਾ ਕੈਸੇ। ਸਰ ਜੀ ਸਰ ਜੀ, ਉਹ ਮੇਰਾ ਅੱਲਾ ਮੇਰੀ ਮਦਦ, ਹਮ ਮਿਲ ਕੇ ਸਾਥ ਕਰੇਂਗੇ ਮੁਬਾਹਲਾ, ਕਿਉਂ ਨਹੀਂ ਹੈ ਸ਼ਾਨ ਬਰਾਬਰ ਮੁਬਾਹਲਾ। ਨਹੀਂ ਹੈ ਸ਼ਾਨ ਬਰਾਬਰ, ਬੋਲੋ ਤਾਂ ਸਹੀ ਯਾਰ, ਓ ਯਾਰ ਬੋਲੋ ਤਾਂ ਸਹੀ। ਮੈਂ ਖਪਦਾ ਕਹਿਣਾ ਕਾਫੀ ਦੇਰ ਦਾ, ਪੰਜ ਬੰਦੇ ਤੁਹਾਡੀ ਵਾਸਤੇ ਟੰਗੇ ਖੜੇ ਆ। ਨਹੀਂ ਹੈ ਸ਼ਾਨ ਬਰਾਬਰ ਮੁਬਾਹਲਾ ਕੇ ਲੀਏ, ਉਹ ਆਦੇ ਨਹੀਂ ਕਰਨਾ ਇਹਨਾਂ ਨਾਲ ਮੁਬਾਹਲਾ, ਇਹ ਹੋਰ ਅਸਾਂ ਹੋ ਰਹੇ। ਉਹਨਾਂ ਪੁੱਛਿਆ ਉਹ ਕਿਵੇਂ ਪਾਦਰੀ? ਉਹਨਾਂ ਦਾ ਦੇਖ ਕੇ ਆਦੇ ਅਗਰ ਯੇ ਚਾਹੇ ਤੋ ਸਾਕਿਨ ਪਹਾੜ ਵੀ ਬੋਲੇ, ਸਿਰ ਤਚਾਓ ਇੱਜ਼ਤ ਸੈਯਦਾ ਸੁਣਨ ਵਾਲੇ, ਬਿਸਮਿਲ੍ਲਾ ਉਹ ਆਦੇ ਹੋਰ ਅਗਰ ਇਹ ਚਾਹੇ ਤੋ ਸਾਕਿਨ ਪਹਾੜ ਵੀ ਬੋਲੇ, ਇਹ ਆ ਰਹਾ ਹੈ ਵਹੀ ਘਰ ਮੁਬਾਹਲਾ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਸਲਵਾਤ ਪੜੋ ਬੁਲੰਦ ਆਵਾਜ਼ ਦੇ ਨਾਲ।